है जनाब। अस्सलाम वालेकुम। ऐ जी भाई यार ना फेसबुक पेज बनाया ते पहले पहले ए वीडियोस बाने से अपनी आईडी पर तो उत्थू तुसा सारे तकने से हो हुन ए अपने पेज पर वीडियो बाया करसन तो तुसा सारे उत्थू ही ना कि लाइक ते फॉलो करना। हाय व्यूअर्स, वेलकम बैक टू माय चैनल। मैं हूं मोहम्मद अशदुल हक और आप देख रहे हैं मेरा यूट्यूब चैनल आर्टिस्ट अशदुल हक। मैं इस वक्त मौजूद हूं अपने गांव में, यहां पे ईद करने आया था और कल शाम को मुझे मामू गुलफराज ने बुलाया कि तुम मेरे घर आओ और वहां पे तुमने एक कैलीग्राफी करनी है। तो वहां पे मैं गया, वहां पे मैंने कैलीग्राफी की है। तो अभी उन्होंने मुझे बुलाया सुबह के आना और कोलैब करेंगे, अभी मैं उनकी तरफ जा रहा हूँ। तो चलिए आइए, जाके आपको कैलीग्राफी भी दिखाता हूँ और उनसे मुलाकात भी करवाता हूँ। है जनाब। अस्सलाम वालेकुम। ठीक ठाक जी। है जी पहुंची गया सा। मैं भी गए जाना पे उसा का बनाने पे मैं रोकी की थी के भाई यार ने वेट करना पे। मैं असली च नाश्ता शुरू करी छोड़या। मैं क्या चलो कम नहीं हो लगा, चलो कोई बल नहीं पिछले टाइम हम कम करना पैसे। हां चलो चलो ते तखने आ कैलीग्राफी भी दसने आ लोकां की ते। अच्छा आ जाओ आ जाओ आ जाओ। तो चलिए जी आइए जी, माशाल्लाह बहुत प्यारा लिखा ने जी। आ देखो जी इत्थे असा सारे पढ़ने रहे हां सारे बहुत सारे मामू और भी पढ़ने रहे, मामू आबद और मामू शायद और ते असा इत्थे ही पढ़े हां। ठहरो जी इत्थे दसने हां इना पत्रे च होई हां सीन ऊपर चेक करो। है वक कैलीग्राफी है जी, माशाल्लाह जी बहुत बेहतरीन है। कल शामी ऐसा लगे रहे हैं तो बड़ा मज़ा आया सा जी। कल दिहाड़ी तो मौसम बहुत गर्म सा, इस बारे में मैं शामी आया सा मेरे बीच लगे रहे हैं। लाइट सोचना लाइट इज कितना कमाल कर रहा है और भी बात कमाल है, जबरदस्त हो गया। चलो जी ये हम इंशाल्लाह इत लिखा रहा सी, फिर जदू कुरै तो चेंज करवाना आया है तो हिसाब किताब है जी। अंदर हसने गर्मी बहुत है बस
ते बाकी है पहुंची गया हमारे कोल पहुंची गई खैर के जबरदस्त तुसा की एक शॉट जड़ा ना असा छत पर खड़ी दसने हैं ਪਹਿਲਾਂ ਛੱਤੇ ਉੱਪਰੋਂ ਕੀ ਹੈ ਜੀ ਲੱਗਣੀ ਚਲੋ ਜੀ ਆ ਗਏ ਅਸਾਂ ਛੱਤੇ ਪਰ ਰੰਗਾਂ ਨੇ ਡੱਬੇ ਪੇ ਡੱਬੇ ਨਾ ਦੱਸਣਾ ਜੀ ਓਹੋ ਓਹੋ ਡੱਬਾ ਨਹੀਂ ਦੱਸਣਾ ਡੱਬਾ ਨਹੀਂ ਦੱਸਣਾ ਇਹ ਜੀ ਕੈਲੀਗ੍ਰਾਫੀ ਯਾਕਾ ਨਅਬਦੁ ਵਯਾਕਾ ਨਸਤਾਈਨ ਖੱਤੇ ਸੁਲਸ ਵਿੱਚ ਇਹ ਮੈਂ ਕੈਲੀਗ੍ਰਾਫੀ ਕੀਤੀ ਇਹ ਭਾਈ ਨਾਲ ਝੰਡਾ ਬਣਾਇਆ ਇਸ ਵੀਡੀਓ ਨਾਲ ਤਾਂ ਇਸ ਸਾਰੀ ਚੀਜ਼ਾਂ ਨਾਲ ਨਾ ਸਿਆਸਤ ਨਾਲ ਕੋਈ ਲਿੰਕ ਨਹੀਂ ਇਹ ਕੋਈ ਸਿਆਸਤ ਨਾਲ ਕੋਈ ਇਸ ਨਾਲ ਲਿੰਕ ਨਹੀਂ ਇਹ ਮੈਂ ਘਰਾਂ ਨੇ ਕੋਈ ਰੰਗ ਸ਼ੰਗੀ ਆ ਜੇ ਵੈਨ ਤਾਂ ਉਹ ਅਲੱਗ ਗੱਲ ਹੀ ਹਾਂ ਸਾ ਤਾਂ ਪਾਕਿਸਤਾਨ ਨੱਚਣ ਬਸ ਮੂੰਹ ਦੂਏ ਪਾਸਾ ਕਰੀ ਛੋੜਿਆ ਬਾਕੀ ਅੱਛਾ ਆਵਾਜ਼ ਇਸ ਪਾਸੇ ਨਹੀਂ ਹਾਂ ਉਹ ਉਧਰ ਨਹੀਂ ਹਵਾ ਉਧਰ ਹੀ ਉਹ ਝੰਡਾ ਉਸ ਪਾਸੇ ਇਧਰ ਨਹੀਂ ਇਸ ਪਾਸੇ ਉਹ ਤਾਂ ਮਰਿਆ ਤਾਂ ਬਾਕੀ ਇਸ ਨਾਲ ਸਿਆਸਤ ਨਾਲ ਕੋਈ ਲਿੰਕ ਨਹੀਂ ਜੀ ਕਿਉਂ ਜੀ ਇਹ ਇਹ ਭਾਈ ਯਾਰ ਇੱਕ ਹੋਰ ਬਣਨਾ ਪਿਆ ਮਕਾਨ ਤਿਆਰ ਬਿਆਉਣਾ ਤੇ ਇਹ ਉਹਨਾਂ ਆਖਿਆ ਜੀ ਕਿ ਸਾਲਾਂ ਬਾਅਦ ਇਨਸ਼ਾਅੱਲਾ ਇੱਥੇ ਵੀ ਕੋਈ ਕੈਲੀਗ੍ਰਾਫੀ ਕਰਨੀ ਦਾਨਿਸ਼ ਸਾਹਿਬ ਇਹ ਇੰਨਾ ਜੀ ਇੱਥੇ ਉਕਾਬ ਲਾਇਆ ਬੂਮ ਬੜਾ ਜਾਣੀ ਤੇ ਚਲੋ ਜੀ ਦਿਲੀਆ ਥੱਲੇ ਥੱਲੇ ਚਲੋ ਇਸਨੇ ਮੈਂ ਦੋ ਫੋਟੋ ਬਣਾਈ ਗਈ ਨਾ ਚਲੋ ਜੀ ਚਲੋ ਥੱਲੇ ਜੁਲਨੇ ਆ ਜੀ ਬਸ ਅਸਾਂ ਵੀ ਨਿਕਲਣਾ ਪਿੰਡੀ ਦਾ ਚਲੋ ਇਹ ਜੀ ਭਾਈ ਹੋਰਾਂ ਨੇ ਫੇਸਬੁੱਕ ਪੇਜ ਬਣਾਇਆ ਪਹਿਲੇ ਇਹ ਵੀਡੀਓਜ਼ ਬਣੇ ਸੀ ਆਪਣੀ ਆਈ ਡੀ ਉੱਪਰ ਤਾਂ ਉੱਥੋਂ ਤੁਸੀਂ ਸਾਰੇ ਤੱਕਣੇ ਸੀ ਹੁਣ ਇਹ ਆਪਣੇ ਪੇਜ ਉੱਪਰ ਵੀਡੀਓ ਪਾਇਆ ਅਗਰ ਸਨ ਤਾਂ ਤੁਸੀਂ ਸਾਰਿਆਂ ਉੱਥੋਂ ਹੀ ਨਾ ਕਿ ਲਾਈਕ ਤਾਂ ਫੋਲੋ ਕਰਨਾ ਠੀਕ ਹੈ ਜੀ ਗੁਲਜਾਨੀ ਵਲੋਗਸ ਨੇ ਨਾਇਨ ਅਲਾ ਸਾਂ ਜਿਹੜਾ ਵਾ ਬਣਾਇਆ ਪੇਜ ਇਹਨਾਂ ਦਾ ਪੇਜ ਨਵਾਂ ਬਣੀ ਗਿਆ ਬਸ ਥੋੜ੍ਹੀ ਜਿਹੀ ਸੈਟਿੰਗ ਸ਼ੈਟਿੰਗ ਰਹਿਣੀ ਹੈ ਪ੍ਰੋਫਾਈਲ ਪਿਕਚਰ ਸ਼ਿਕਚਰ ਲਾਉਣੇ ਪਏ ਅਤੇ ਹੁਣੇ ਰੈਡੀ ਹੋਈ ਗਿਆ ਸੀ ਇਹ ਉਸਨੇ ਪਰ ਵੀਡੀਓਜ਼ ਬਸ ਹਨ ਅਤੇ ਇਹ ਜਿਹੜਾ ਵਲੋਗ ਹੈ ਬਣਾਉਣੇ ਪਏ ਨਾ ਹੁਣ ਉਹ ਇਨਸ਼ਾਅੱਲਾ ਇਹਨਾਂ ਨੇ ਪੇਜ ਅਪਲਾਈ ਸੀ ਉੱਥੋਂ ਹੀ ਆਪਣੀ ਆਈ ਡੀ ਉੱਪਰ ਸ਼ੇਅਰ ਕਰ ਸਕਣ ਤਾਂ ਤੁਸੀਂ ਸਾਰੇ ਲਾਜ਼ਮੀ ਜਿਹੜਾ ਨਾ ਇਹਨਾਂ ਨਾਲ ਜਿਹੜਾ ਪੇਜ ਆ ਉਸਕੀ ਲਾਈਕ ਕਰਿਆ ਠੀਕ ਹੈ ਜੀ ਭਾਈ ਯਾਰਾਂ ਦਾ ਪੇਜ ਬਿਲਕੁਲ ਰੈਡੀ ਹੋਈ ਗਿਆ ਜੀ ਅਤੇ ਪਹਿਲੀ ਪੋਸਟ ਵੀ ਹੋਈ ਗਈ ਅਤੇ ਪੰਜ ਫੋਲੋਵਰਸ ਵੀ ਹੋਈ ਗਏ ਤਾਂ ਤੁਸੀਂ ਸਾਰੇ ਵੀ ਗੱਛੀ ਤਾਂ ਬਸ ਇਹਨਾਂ ਕਿ ਜਲਦੀ ਨਾਲ ਫੋਲੋ ਕਰੀ ਛੋੜੋ ਅਤੇ ਇਹਨਾਂ ਨੇ ਵਲੋਗ ਇਨਸ਼ਾਅੱਲਾ ਹੁਣ ਉਸ ਪੇਜ ਉੱਪਰ ਅੱਛਾ ਕਰ ਸਕਣ ਉਹ ਵੀ ਕਹਿ ਨਾ ਜੀ ਹਾਂ ਉਸਕੀ ਵੀ ਆ ਰਹੀ ਹੈ ਬੀਚ ਮੇ ਅਤੇ ਬਹਰਲ ਜੀ ਦਰਵਾਜ਼ਾ ਖੋਲਣ ਕਾ ਮਤਲਬ ਦਰਵਾਜ਼ਾ ਖੋਲਣ ਕਾ ਮਤਲਬ ਹੀ ਨਹੀਂ ਲਾਈਟ ਜੋ ਆਨ ਹੈ ਜੀ ਤੇ ਬਹਰਲ ਚਲੋ ਜੀ ਜ਼ਰੂਰ ਇਹਨਾਂ ਲਾਈਕ ਤਾਂ ਫੋਲੋ ਕਰਿਆ ਤੇ ਬਸ ਹੁਣ ਮੈਂ ਜਿਹੜਾ ਨਿਕਲਣਾ ਪਿੰਡੀ ਦਾ ਤੇ ਫਿਰ ਇਨਸ਼ਾਅੱਲਾ ਰਹੀ ਜ਼ਿੰਦਗੀ ਤੋਂ ਅਸੀਂ ਮੁਲਾਕਾਤ ਤੇ ਬੜੀ ਅੱਛੀ ਇਹ ਲਈ ਮੁਲਾਕਾਤ ਬੜੀ ਅੱਛੀ ਰਹੀ ਤੇ ਹਾਂ ਬਿਲਕੁਲ ਕੈਲੀਗ੍ਰਾਫੀ ਵੀ ਹੋਏਗੀ ਜੇ ਬਿਹਤਰੀਨ ਹੋ ਗਿਆ ਸਾਰਾ ਨਿਜ਼ਾਮ ਤੇ ਹੁਣ ਇਜਾਜ਼ਤ ਦੀਜੀ ਠੀਕ ਹੈ ਮੈਂ ਨਿਕਲਣਾ ਵਾ ਆਪਣਾ ਕੀਮਤੀ ਟਾਈਮ ਕੱਢਿਆ ਕੀਮਤੀ ਬਾਹਰ ਮਿਲਣਾ ਬਾਹਰ ਮਿਲਣਾ ਠੀਕ ਹੈ ਜੀ ਓਕੇ ਓਕੇ ਬੱਚਾ ਅੱਲਾ ਹਾਫਿਜ਼ ਚਲੋ ਜੀ ਜੁਲੀਆ ਮਾੜਾ ਮੋਟਰਸਾਈਕਲ ਖਲਤਾ ਐ ਵੱਖ ਬੱਚੇ ਠੀਕ ਹੈ ਜੀ ਤੁਸੀਂ ਰੈਸਟ ਮਾਰੋ ਆਪਣੀ ਮਾਸ਼ਾਅੱਲਾ ਗੱਡੀ ਬਹਿ ਗਏ ਕੀਕ ਵੀ ਲੱਗ ਗਈ ਤੇ ਕਿ ਤੇਰੀ ਇਧਰ ਜਾਸੋ ਕਿਧਰ ਮੋੜ ਹੋ ਠੀਕ ਹੈ ਜੀ ਇਹ ਸਾਡਾ ਅੱਜ ਨਾ ਵਲੌਗ ਸਾ ਰੱਖਿਆ ਆਪਣਾ ਬਹੁਤ ਸਾਰਾ ਖਿਆਲ ਅਸੀਂ ਜੋ ਜਾ
ਮਿਲਸਾ ਇਨਸ਼ਾਅੱਲਾ ਕੁਝ ਟਾਈਮ ਬਾਅਦ ਇੱਕ ਨਵੀਂ ਵੀਡੀਓ ਨਾਲ। ਓਕੇ ਅੱਲਾ ਅੱਲਾ ਅੱਲਾ।